ਬਿਲਕੁਲ ਓਕੇ, ਜਦੋਂ ਅਸੀਂ ਕਿਸੇ ਦੇ ਘਰ ਜਾਣਾ, ਕੋਈ ਕੋਈ ਸਰਚ ਨਹੀਂ ਕਰਦੇ ਅਸੀਂ ਕਿੱਥੇ ਜਾਣਾ, ਕੋਈ ਇਲਾਕੇ ਚ ਕਦੀ ਸਰਚ ਨਹੀਂ ਕਰਦੇ ਕਿ ਉਹ ਬੰਦਾ ਕੌਣ, ਗੁਆਂਢੀ ਨੂੰ ਪੁੱਛੀਏ, ਤੀਜੇ ਨੂੰ ਪੁੱਛੀਏ, ਚੌਥੇ ਨੂੰ ਪੁੱਛੀਏ, ਪਿੰਡ ਚੋਂ ਰਿਪੋਰਟ ਲਈਏ, ਸਰਪੰਚ ਕੋਲ ਰਿਪੋਰਟ ਲਈਏ, ਤੁਸੀਂ ਮੇਰੇ ਇਲਾਕੇ ਜਾਂ ਪਿੰਡ ਚੋਂ ਇੱਕ ਬੰਦਾ ਖੜਾ ਕਰ ਦੋ ਜਿਹੜਾ ਇਹ ਤੁਹਾਨੂੰ ਰਿਪੋਰਟ ਦੇਵੇ ਵੀ ਸਾਨੂੰ ਇਤਰਾਜ ਆ ਕੁਲਦੀਪ ਤੋਂ ਚਰਚ ਤੋਂ ਜਾਂ। ਨਾਮ ਕੀ ਆ ਗੋਪੀ ਭਾਜੀ, ਦੱਸੋ ਨਾਮ ਕੀ ਆ? ਅਸੀਂ ਭਾਜੀ ਗੁਰਮਤ ਦੇ ਆ ਕੇ ਚੱਲ ਗਏ ਕਰਨ, ਗੱਲ ਸੁਣੋ ਯਾਰ, ਸਾਡੇ ਪਿਓ ਨੂੰ ਗਾਲਾਂ ਕੱਢ ਕੇ ਗਿਆ, ਜਾਨੋ ਮਾਰ ਦੂੰ।